ਪ੍ਰਾਈਮੇਸ਼ਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਪ੍ਰੋਗਰਾਮ ਪ੍ਰਾਈਮ ਟਾਕ ਦੇ ਵਿੱਚ ਮੈਂ ਹਾਂ ਅਵਨੀਤ ਸਿੰਘ ਤੇਜਾ। ਪ੍ਰਾਈਮ ਟਾਕ ਦੇ ਵਿੱਚ ਅਸੀਂ ਬਹੁਤ ਗੰਭੀਰ ਗੱਲਾਂ ਵੀ ਕਰਦੇ ਹਾਂ, ਅਸੀਂ ਮਜ਼ਾਈਆ ਗੱਲਾਂ ਵੀ ਕਰਦੇ ਹਾਂ, ਅਸੀਂ ਸਿਆਸਤ ਦੀ ਗੱਲ ਵੀ ਕਰਦੇ ਹਾਂ, ਅਸੀਂ ਧਰਮ ਦੀ ਗੱਲ ਵੀ ਕਰਦੇ ਹਾਂ, ਅਸੀਂ ਸਮਾਜ ਦੀ ਗੱਲ ਵੀ ਕਰਦੇ ਹਾਂ ਤੇ ਅਸੀਂ ਅਰਥਚਾਰੇ ਦੀ ਗੱਲ ਵੀ ਕਰਦੇ ਹਾਂ ਤੇ ਨਾਲ-ਨਾਲ ਤੁਹਾਡੇ ਵਾਸਤੇ ਬਹੁਤ ਸਾਰੀਆਂ ਡੀਲਾਂ ਵੀ ਲੈ ਕੇ ਆਉਂਦੇ ਹਾਂ ਜੋ ਖਾਸ ਕਰਕੇ ਸਾਡੇ ਕੋਲ ਪਹੁੰਚਦੀਆਂ ਨੇ ਬ੍ਰੈਂਟਨ ਟੀਵੀ ਐਂਡ ਅਪਲਾਈਐਂਸਸ ਤੋਂ ਤੇ ਉੱਥੋਂ ਮੇਰੇ ਨਾਲ ਜੁੜਦੇ ਨੇ ਹਮੇਸ਼ਾ ਸੁਲਤਾਨ ਜੀ। ਸੁਲਤਾਨ ਜੀ ਸਵਾਗਤ ਇੱਕ ਵਾਰ ਫਿਰ ਤੋਂ ਤੁਹਾਡਾ ਪ੍ਰਾਈਮੇਰੀ ਸ਼ਾ ਟੀਵੀ ਦੇ ਵਿੜੇ ਵਿੱਚ ਥੈਂਕ ਯੂ ਵੈਰੀ ਮਚ ਜੀ ਬਹੁਤ ਬਹੁਤ ਸ਼ੁਕਰੀਆ ਜੀ ਸੁਲਤਾਨ ਜੀ ਹਰ ਵਾਰ ਸਾਡੇ ਵਾਸਤੇ ਸਾਡੇ ਦਰਸ਼ਕਾਂ ਵਾਸਤੇ ਕੁਝ ਨਾ ਕੁਝ ਨਵੀਂ ਡੀਲ ਲੈ ਕੇ ਆਉਂਦੇ ਆ ਜਿਹੜੀ ਪਹਿਲੀ ਨਾਲੋਂ ਹੋਰ ਬਿਹਤਰ ਹੋ ਜਾਂਦੀ ਹੈ ਤੇ ਇਹ ਸਿਲਸਿਲਾ ਲਗਾਤਾਰ ਚੱਲਦਾ ਰਹਿੰਦਾ ਤੇ ਉਸ ਦਾ ਫਾਇਦਾ ਤੁਸੀਂ ਜਿਹੜੇ ਚੁੱਕਦੇ ਹੋ ਉਸ ਵਿੱਚ ਤੁਸੀਂ ਸੈਂਕੜੇ ਡਾਲਰ ਨਹੀਂ ਹਜ਼ਾਰਾਂ ਡਾਲਰ ਵੀ ਬਚਾ ਲੈਂਦੇ ਹੋ ਕਈ ਡੀਲਾਂ ਤੇ ਇਸ ਤਰ੍ਹਾਂ ਦੀ ਆ ਜਾਂਦੀਆਂ ਨੇ ਹੁਣ ਜਿਹੜਾ ਚੱਲ ਰਿਹਾ ਮਈ ਮਹੀਨਾ ਚੱਲ ਰਿਹਾ ਤੇ ਮੇਜ਼ ਮੇ ਟੈਗ ਮੰਥ ਚੱਲਦਾ ਪਹਿਲਾਂ ਮੈਨੂੰ ਦੱਸਿਓ ਤੁਸੀਂ ਮੇਜ਼ ਮੇਟੈਗ ਮੰਥ ਕੀ ਹੈ ਇਹ ਸਕੀਮ ਕੀ ਹੈ ਜੀ ਇਹ ਜੀ ਮੇਟੈਗ ਕੰਪਨੀ ਜਿਹੜੀ ਹੈ ਉਹ ਮੇ ਮੰਥ ਨੂੰ ਸੈਲੀਬ੍ਰੇਟ ਕਰਦੇ ਆ ਸੋ ਮੇ ਮੰਥ ਉਹਨਾਂ ਨੇ ਰਿਜ਼ਰਵ ਕੀਤਾ ਹੋਇਆ ਸੋ ਜਿਹੜੇ ਵੀ ਕਸਟਮਰ ਮੇਟੈਗ ਦੇ ਪ੍ਰੋਡਕਟ ਲੈਣਾ ਚਾਹੁੰਦੇ ਉਹ ਜਾਂ ਤਾਂ 크ਿਸਮਸ ਦੇ ਮਹੀਨੇ ਦਾ ਵੇਟ ਕਰਦੇ ਆ ਜਦੋਂ ਕਿ 크ਿਸਮਸ ਦੇ ਮਹੀਨੇ ਚ ਸਾਰੀਆਂ ਹੀ ਕੰਪਨੀਆਂ ਪਾਰਟਿਸਿਪੇਟ ਕਰਦੀਆਂ ਐਕਸਟਰਾ ਡਿਸਕਾਊਂਟ ਚ ਜਾਂ ਫਿਰ ਜਿਨ੍ਹਾਂ ਨੇ ਮੇਟੈਗ ਲੈਣਾ ਜੀ ਉਹ ਜ਼ਿਆਦਾਤਰ ਮੇ ਮੰਥ ਨੂੰ ਕਿਉਂਕਿ ਉਹਨਾਂ ਨੇ ਟ੍ਰੈਡੀਸ਼ਨਲੀ ਮੇ ਮੰਥ ਓਵਰ 50 ইয়ারਸ ਤੋਂ ਟਰੈਡੀਸ਼ਨ ਬਣਾਇਆ ਹੋਇਆ ਕਿ ਉਹਨਾਂ ਨੇ ਮੇ ਮੰਥ ਨੂੰ ਐਜ਼ ਮੇ ਟੈਗ ਮੰਥ ਸੈਲੀਬ੍ਰੇਟ ਕਰਨਾ ਤੇ ਮੋਰ ਦਨ 25% ਦਾ ਡਿਸਕਾਊਂਟ ਮੇ ਟੈਗ ਜਿਹੜਾ ਹੈ ਉਹ ਪਾਸ ਔਨ ਕਰਦੇ ਆ ਸੋ ਕਸਟਮਰ ਜਿਨ੍ਹਾਂ ਨੇ ਮੇ ਟੈਗ ਖਰੀਦਣਾ ਜੀ ਉਹ ਫਿਰ ਬੜੀ ਦੇਰ ਵੇਟ ਕਰਦੇ ਆ ਕਿ ਮੇ ਮੰਥ ਚ ਖਰੀਦਾਂਗੇ ਉਦੋਂ ਥੋੜਾ ਐਕਸਟਰਾ ਡਿਸਕਾਊਂਟ ਹੋਏਗਾ ਕਿਉਂਕਿ ਮੇ ਮੰਥ ਚ ਅਪ ਟੂ 25% ਦਾ ਡਿਸਕਾਊਂਟ ਹੈ ਫੋਰ ਏਗਜ਼ਾਮਪਲ ਕੋਈ ਕਸਟਮਰ ਮੇ ਟੈਗ ਦਾ ਫ੍ਰਿਜ ਮੇ ਟੈਗ ਦਾ ਸਟੋਵ ਮੇ ਟੈਗ ਦਾ ਡਿਸ਼ਵਾਸ਼ਰ ਲੈਣਾ ਚਾਹੁੰਦੇ ਜੀ 6000 ਡਾਲਰ ਵਾਲਾ ਸਿਰਫ 3499 ਚ ਮਿਲੇਗਾ ਜੀ ਅੱਛਾ ਜੀ ਹਾਂ ਜੀ ਇਹਦੇ 2500 ਡਾਲਰ ਦਾ ਡਿਸਕਾਊਂਟ ਮਿਲ ਰਿਹਾ ਕਸਟਮਰ ਨੂੰ ਪੂਰੇ 3 ਪੀਸ ਕਿਚਨ ਬੰਡਲ ਤੇ ਤੇ ਦੋ ਐਡਵਾਂਟੇਜਸ ਹੈਗੇ ਜਿਹੜੇ ਐਕਸਕਲੂਸਿਵ ਆ ਜਿਹੜੇ ਕਿਸੇ ਹੋਰ ਬ੍ਰਾਂਡ ਚ ਤੁਹਾਨੂੰ ਨਹੀਂ ਮਿਲਦੇ ਇੱਕ ਤਾਂ MCT ਮੇਟੈਗ ਕਮਰਸ਼ੀਅਲ ਟੈਕਨੋਲੋਜੀ ਯੂਜ਼ ਕਰਦਾ ਜੀ ਅੱਛਾ ਜੀ ਔਰ ਦੂਸਰਾ 2019 ਦੇ ਜਿੰਨੇ ਮੇਟੈਗ ਮਾਡਲਸ ਆਏ ਆ ਉਹ ਸਾਰੇ ਦੇ ਸਾਰੇ ਸਮਝ ਪ੍ਰੂਫ ਹੈਗੇ ਫਿੰਗਰਪ੍ਰਿੰਟ ਰੈਜ਼ਿਸਟੈਂਸ ਦੇ ਨਾਲ ਉਹ ਸਟੇਨਲੈਸ ਸਟੀਲ ਤੇ ਫਿੰਗਰਪ੍ਰਿੰਟ ਸਟੇ ਨਹੀਂ ਕਰਦੇ ਅੱਛਾ ਜੀ ਔਰ ਮੈਂ ਜਿਵੇਂ ਗੱਲ ਕੀਤੀ ਸ਼ੁਰੂ ਦੇ ਵਿੱਚ ਕਿ ਸੈਂਕੜੇ ਨਹੀਂ ਹਜ਼ਾਰਾਂ ਡਾਲਰ ਬਚ ਸਕਦੇ ਆ ਤੇ ਉਹਨਾਂ ਦੀ ਸ਼ੁਰੂਆਤ ਹੀ ਹਜ਼ਾਰਾਂ ਡਾਲਰ ਤੋਂ ਕੀਤੀ ਹੈ ਜਿਹੜੇ 25000 ਦੇ ਕਰੀਬ ਡਾਲਰ ਜਿਹੜੇ ਤੁਸੀਂ ਇਸ ਮਹੀਨੇ ਦੇ ਵਿੱਚ ਇਸ ਖਾਸ ਸਕੀਮ ਦੇ ਉੱਪਰ ਬਚਾ ਸਕਦੇ ਹੋ ਮੇ ਟੈਗ ਵੱਲੋਂ ਹੋਰ ਕਿਹੜੀ ਕਿਹੜੀ ਸਕੀਮ ਜਿਹੜੀ ਆਈ ਹੈ ਜਿਹਦੇ ਨਾਲ ਇਹਦੇ ਚ ਜੀ ਇੱਕ ਤਾਂ ਮੇ ਐਜ਼ ਮੇ ਟੈਗ ਮੰਥ ਚੱਲ ਰਿਹਾ ਤੇ ਨਾਲ ਦੀ ਨਾਲ ਤੁਹਾਨੂੰ ਯਾਦ ਹੋਣਾ ਸਾਡੇ ਬਾਏ ਮੋਰ ਸੇਵ ਮੋਰ ਇਵੈਂਟ ਵੀ ਚੱਲ ਰਿਹਾ ਸੋ ਜੇ ਕੋਈ ਕਸਟਮਰ ਜਿਹੜੀਆਂ ਡੀਲਸ ਹੁੰਦੀਆਂ ਜੀ ਬ੍ਰੈਮਟਨ ਟੀਵੀ ਐਂਡ ਅਪਲਾਈਐਂਸਸ ਤੇ ਅਸਲ ਚ ਡਿਫਰੈਂਟ ਡਿਫਰੈਂਟ ਕੰਪਨੀਆਂਜ਼ ਦੀਆਂ ਡਿਫਰੈਂਟ ਡਿਫਰੈਂਟ ਡੀਲਸ ਹੁੰਦੀਆਂ ਜੀ ਤੋ ਹ ਐਨੀ ਜ਼ਰੂਰੀ ਕਿ ਹਰ ਵਕਤ ਹਰ ਕੰਪਨੀ ਜਿਹੜੀ ਹੈ ਆਪਣੀ ਸੇਲ ਨੂੰ ਕੰਟੀਨਿਊ ਕਰੇ ਉਹਨਾਂ ਨੇ ਸਰਟਨ ਟਾਈਮ ਫਰੇਮ ਰੱਖਿਆ ਹੁੰਦਾ ਜਿਹਦੇ ਵਿੱਚ ਉਹ ਡੀਲ ਦਿੰਦੇ ਸੋ ਐਸ ਟਾਈਮ ਮੈਂ ਸਮਝਦਾ ਕੰਬੀਨੇਸ਼ਨ ਐਸਾ ਆਇਆ ਕਿ ਮੇ ਅਜ਼ ਮੇ ਟੈਗ ਮੰਥ ਚੱਲ ਰਿਹਾ ਤੇ ਨਾਲ ਦੀ ਨਾਲ ਬਾਏ ਮੋਰ ਸੇਵ ਮੋਰ ਇਵੈਂਟ ਸੋ ਬਾਏ ਮੋਰ ਸੇਵ ਮੋਰ ਇਵੈਂਟ ਜਿਹੜਾ ਹੈ ਉਹਦੇ ਚ ਵਰਲਪੂਲ ਕਿਚਨਏਡ ਸੈਮਸੰਗ ਪਾਰਟਿਸਿਪੇਟ ਕਰ ਰਿਹਾ ਸੋ ਜਿਹੜੇ ਕਸਟਮਰ ਬਾਈ ਮੋਰ ਸੇਵ ਮੋਰ ਇਵੈਂਟ ਚ ਜਾਣਾ ਚਾਹਣਗੇ ਉਹ ਆਬਵੀਅਸਲੀ ਸੈਮਸੰਗ ਵਰਲਪੂਲ ਜਾਂ ਕਿਚਨਏਡ ਅਰਗੇ ਬ੍ਰਾਂਡਸ ਚੋਂ ਸਿਲੈਕਟ ਕਰਨਗੇ ਜਿਹੜੇ ਕਸਟਮਰ ਮੇ ਟੈਗ ਲੈਣਾ ਚਾਹਣਗੇ ਉਹ ਮੇ ਮੰਥ ਚ ਮੇ ਐਜ਼ ਮੇ ਟੈਗ ਮੰਥ ਚ ਐਡੀਸ਼ਨਲ 25% ਦੀ ਸੇਵਿੰਗ ਲੈਣਗੇ ਲੇਕਿਨ ਇਦੇ ਚ ਇੱਕ ਚੀਜ਼ ਹੋਰ ਹੈ ਜੀ ਕੰਪੀਟੀਸ਼ਨ ਚ ਆ ਜਾਂਦਾ ਇਹ ਤਾਂ ਚਲੋ ਸਪੈਸ਼ਲ ਪ੍ਰੋਮੋਸ਼ਨਸ ਹੈਗੀਆਂ ਜਿਹੜੀਆਂ ਚੱਲ ਰਹੀਆਂ ਪਰ ਫਿਰ ਜਦੋਂ ਕੰਪਨੀਆਂ ਆਪਸ ਵਿੱਚ ਕੰਪੀਟੀਸ਼ਨ ਕਰਦੀਆਂ ਜੀ ਫਿਰ ਉਹ ਇਹ ਵੀ ਐਡਵਾਂਟੇਜ ਦਿੰਦੇ ਆ ਕਿ ਐਡੀਸ਼ਨਲ 200 ਡਾਲਰ ਡਿਸਕਾਊਂਟ 2 ਪੀਸ ਦੇ ਉੱਪਰ ਅੱਛਾ ਜੀ ਐਡੀਸ਼ਨਲ 300 ਡਾਲਰ ਡਿਸਕਾਊਂਟ 3 ਪੀਸ ਦੇ ਉੱਪਰ ਐਡੀਸ਼ਨਲ 400 ਡਾਲਰ ਡਿਸਕਾਊਂਟ 4 ਪੀਸ ਦੇ ਉੱਪਰ ਉਹਦੀ ਐਗਜ਼ਾਮਪਲ ਇਹ ਆ ਕਿ ਜਿਹੜਾ 25% ਡਿਸਕਾਊਂਟ ਤੁਹਾਨੂੰ ਦਿੱਤਾ ਜਾ ਰਿਹਾ ਉਹ ਇਸੇ ਤਰ੍ਹਾਂ ਹੀ ਰਹਿਣਾ ਉਹ ਕੰਟੀਨਿਊ ਰਹਿਣਾ ਉਸ ਤੋਂ ਇਲਾਵਾ ਉਸ ਤੋਂ ਇਲਾਵਾ ਤੁਸੀਂ ਜਿਸ ਤਰ੍ਹਾਂ ਹੁਣ ਇਹ ਵੀਕਐਂਡ ਸਾਡਾ ਟੈਂਟ ਸੇਲ ਵੀਕਐਂਡ ਚੱਲ ਰਿਹਾ ਸੋ ਇਹ ਟੈਂਟ ਸੇਲ ਵੀਕਐਂਡ ਦੇ ਉੱਪਰ ਉਹਨਾਂ ਨੇ 4 ਦਿਨ ਵਾਸਤੇ 2 ਪੀਸ ਤੇ 200 ਡਾਲਰ 3 ਪੀਸ ਤੇ 300 ਡਾਲਰ ਤੇ 4 ਪੀਸ ਤੇ 400 ਡਾਲਰ ਦਾ ਐਡੀਸ਼ਨਲ ਡਿਸਕਾਊਂਟ ਦੇਣਾ ਸੋ ਉਹਦੇ ਨਾਲ ਇਹ ਹੋ ਜਾਂਦਾ ਕਿ ਜੇ ਤਾਂ ਕੋਈ ਕਸਟਮਰ ਲੈਂਦੇ ਮੀ ਟੈਗ ਦਾ ਫ੍ਰਿਜ ਮੀ ਟੈਗ ਦਾ ਸਟੋਵ ਮੀ ਟੈਗ ਦਾ ਡਿਸ਼ਵਾਸ਼ਰ ਉਹਨਾਂ ਨੂੰ ਤਾਂ ਮਿਲੇਗਾ ਜੀ 6000 ਡਾਲਰ ਵਾਲਾ ਪੈਕੇਜ 3499 ਨੂੰ ਜੇ ਉਹ ਜਾਣਾ ਚਾਹੁੰਦੇ ਸੇਮ ਪੈਕੇਜ ਦੇ ਵਿੱਚ ਸੈਮਸੰਗ ਜਾਂ ਵਰਲਪੂਲ ਦੋਨਾਂ 'ਚ ਕੋਈ ਵੀ ਬ੍ਰਾਂਡ ਸਿਲੈਕਟ ਕਰ ਲੈਂਦੇ ਤੇ ਕਸਟਮਰ ਨੂੰ ਐਡੀਸ਼ਨਲ 500 ਡਾਲਰ ਡਿਸਕਾਊਂਟ ਮਿਲਣਾ ਤੇ ਉਹ 2999 'ਚ ਰਹਿ ਜਾਣਾ ਅੱਛਾ ਜੀ ਔਰ ਇਹਨਾਂ ਦੋਨਾਂ ਪੈਕੇजेस ਦੇ ਵਿੱਚ 36 ਇੰਚ ਵਾਇਡ ਫ੍ਰੈਂਚ ਡੋਰ ਫ੍ਰਿਜ ਹੈ ਜੀ ਆਈਸ ਐਂਡ ਵਾਟਰ ਡਿਸਪੈਂਸਰ ਦੇ ਨਾਲ ਸਮੂਥ ਟਾਪ ਇਲੈਕਟ੍ਰਿਕ ਸਟੋਵ ਐ ਕਨਵੈਕਸ਼ਨ oven ਦੇ ਨਾਲ ਤੇ ਟੋਲ ਟਾਪ ਦੀ ਡਿਸ਼ਵਾਸ਼ਰ ਹੈ 올3 ਪੀਸ ਇਨਸਾਈਡ ਆਊਟਸਾਈਡ ਸਾਰਾ ਸਟੇਨਲੈਸ ਸਟੀਲ ਦਾ ਹੈ ਪੈਕੇਜ ਹੈ ਜੀ ਔਰ ਮੈਂ ਸਮਝਦਾ ਕਿ ਬੈਸਟ ਟਾਈਮ ਹੈਗਾ ਅਗਰ ਕਸਟਮਰ ਇਸ ਟਾਈਮ ਹੋਮ ਅਪਲਾਈਂਸਸ ਲੈਣਾ ਚਾਹੁੰਦੇ ਤੇ 10% ਡਿਪੋਜ਼ਿਟ ਦੇ ਕੇ ਡੀਲ ਲੌਕ ਕਰ ਸਕਦੇ ਡਿਲੀਵਰੀ ਡੇਟ ਕੋਈ ਵੀ ਸਿਲੈਕਟ ਕੀਤੀ ਜਾ ਸਕਦੀ ਹੈ ਮੇ ਜੂਨ ਜੁਲਾਈ ਤੁਸੀਂ 90 ਡੇਸ ਚ ਕੋਈ ਵੀ ਡਿਲੀਵਰੀ ਟਾਈਮ ਫਰੇਮ 10% डिपॉजिट ਦੇਣਾ ਹੈ ડી લોક ਹੋ જਣੀ ਹੈ ਤੇ ਤੁਸੀਂ ਕੁਆਲੀਫਾਈ ਕਰ ਜਾਣਾ ਲੋ ਲੋ ਪ੍ਰਾਈਸਸ ਪਲੱਸ ਐਡੀਸ਼ਨਲ 2 ਪੀਸ ਤੇ 200 3 ਪੀਸ ਤੇ 300 ਤੇ 4 ਪੀਸ ਤੇ 400 ਡਾਲਰ ਡਿਸਕਾਊਂਟ ਵਾਸਤੇ ਸੋ ਇਹਦੇ ਲਈ ਤੁਸੀਂ ਪਹੁੰਚਣਾ ਹੈ ਬੋਵੇਡ ਐਂਡ ਚਿੰਕੂਜੀ ਤੇ ਜੀ ਬ੍ਰਾਮਟਨ ਟੀਵੀ ਐਂਡ ਅਪਲਾਈਂਸਸ 905 4502828 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚਿੰਕੂਜੀ ਔਨ ਬੋਵੇਡ ਹੈ 905 4502828 ਨੰਬਰ ਜੀ ਪਰ ਤੁਸੀਂ ਕਹੇ ਕਿ ਸਿਰਫ 10% ਦੇ ਦੇਣਾ ਐਡਵਾਂਸ ਤੇ ਤੁਸੀਂ ਆਪਣੀ ਡੀਲ ਲੌਕ ਕਰ ਸਕਦੇ ਹੋ ਜੀ ਫਿਰ ਬਾਕੀ ਜਿਹੜੇ ਰਹਿੰਦੇ ਪੈਸੇ ਆ ਉਹ ਕਿਵੇਂ ਦੇਣੇ ਆ ਉਹ ਇਕੱਠੇ ਦੇਣੇ ਪੈਣਗੇ ਜਾਂ ਉਹਦੇ ਵਾਸਤੇ ਤੁਸੀਂ ਇਨਸਟਾਲਮੈਂਟ ਬਣਾ ਦੋਗੇ ਇਨਸਟਾਲਮੈਂਟ ਜੇ ਬਣ ਜਾਣਗੀਆਂ ਉੱਤੇ ਇੰਟਰਸਟ ਰੇਟ ਕੀ ਹੋਏਗਾ ਉਹ ਵੀ ਜ਼ਰੂਰ ਪੂਰਾ ਕੋਲ ਦੋ ਕਰਾ ਸਕਦੇ ਬਿਲਕੁਲ ਬਿਲਕੁਲ ਜੀ ਉਹਦੇ ਵਿੱਚ 6 ਮੰਥ ਨੋ ਇੰਟਰਸਟ ਹੈਗਾ ਜੀ ਕੋਈ ਵਿਆਜ ਨਹੀਂ ਕੋਈ ਇੰਟਰਸਟ ਨਹੀਂ ਤੁਸੀਂ ਪੇ ਕਰਨਾ 6 ਮਹੀਨੇ ਦੇ ਵਿੱਚ ਵਿੱਚ ਜਦੋਂ ਮਰਜ਼ੀ ਪੇ ਕਰੋ ਹੁਣ ਜਿਹੜੇ ਕਸਟਮਰ ਇਹਨਾਂ ਦਿਨਾਂ ਵਿੱਚ ਬੁਕਿੰਗ ਕਰਨਗੇ ਮਈ ਮੰਥ ਚ ਉਹਨਾਂ ਦੀ ਡਿਊ ਡੇਟ ਨਵੰਬਰ ਚ ਆਏਗੀ ਸੋ ਨਵੰਬਰ ਦੀ ਜਿਹੜੀ ਵੀ ਡਿਊ ਡੇਟ ਆਏਗੀ ਔਰ ਤੋਂ ਪਹਿਲੇ ਪਹਿਲੇ ਤੁਸੀਂ ਦੇਣੇ ਆ ਬ ਘਰ ਮਹੀਨੇ ਦੇਈ ਜਾਓ ਬੇਸ਼ੱਕ ਉਸ ਡਿਊ ਡੇਟ ਤੇ ਨਵੰਬਰ ਮਹੀਨੇ ਚ ਤੁਸੀਂ ਫੁੱਲ ਅਮਾਉਂਟ ਲਮਸਮ ਪੇ ਕਰ ਦੋ ਸੋ ਉਹ ਤੁਹਾਨੂੰ 6 ਮੰਥ ਓਪਨ ਟੂ ਪੇ ਮਿਲਨੇ ਆ ਜੀ ਉਹਦੇ ਚ ਕੋਈ ਇੰਟਰਸਟ ਨਹੀਂ ਹੈ ਸੈਕੰਡਲੀ ਜਿੱਦਾਂ ਤੁਸੀਂ ਕਿਹਾ ਕਿ ਹੋਰ ਜਿਹੜੀ ਇਹਦੀ ਦੱਸੋ ਸਾਨੂੰ ਉਹਦੇ ਚ ਤੁਹਾਨੂੰ ਪਤਾ ਹੀ ਹੈ ਕਿ ਪ੍ਰਾਈਮ ਏਸ਼ੀਆ ਚ ਜਦੋਂ ਅਸੀਂ ਪਾਰਟਿਸਿਪੇਟ ਕੀਤਾ ਤੇ ਪ੍ਰਾਊਡਲੀ ਅਸੀਂ ਇਹ ਕਹਿੰਨੇ ਕਿ ਪਹਿਲੇ ਸਾਡਾ ਡਿਲੀਵਰੀ ਜਿਹੜੀ ਫ੍ਰੀ ਹੁੰਦੀ ਸੀ ਉਹ ਸਿਰਫ ਜੀਟੀਏ ਏਰੀਆ ਚ ਸੀ ਜੀ ਲੇਕਿਨ ਹੁਣ ਅਸੀਂ ਆਪਣਾ ਡਿਲੀਵਰੀ ਜਿਹੜੀ ਹੈ ਅਗਰ ਵੈਸਟ ਐਂਡ ਵਾਲੇ ਪਾਸੇ ਜਾਈਏ ਤੇ ਹੈਮਿਲਟਨ ਸਟੋਨੀ ਕ੍ਰੀਕ ਨਿਆਗਰਾ ਫਾਲਸ ਤੱਕ ਕਿਚਨਰ ਕੈਮਰਿਜ ਤੱਕ ਈਸਟ ਐਂਡ ਵਾਲੇ ਪਾਸੇ ਜਾਈਏ ਜੀ ਤੇ ਅਸੀਂ ਮਾਰਕਮ ਉਹ ਅੱਗੇ ਸਾਰਾ ਜਿਹੜਾ ਹੈ ਨਿਊ ਮਾਰਕੀਟ ਤੱਕ ਅਸੀਂ ਸਾਰੀ ਜਿਹੜੀ ਇਹ ਡਿਲੀਵਰੀ ਸਿਰਫ ਪ੍ਰਾਈਮੇਸ਼ੀਆ ਦੇ ਈਵਰਸ ਨੂੰ ਇਸ ਜੀਟੀਐਚੋਂ ਬਾਹਰ ਨਿਕਲ ਕੇ ਵੀ ਡਿਲੀਵਰੀ ਫ੍ਰੀ ਕਰ ਦਿੱਤੀ ਹੈ ਜੀ ਸੋ ਡਿਲੀਵਰੀ ਕੋਈ ਨਹੀਂ ਪੇ ਕਰਨੀ ਤੁਸੀਂ ਪੇਮੈਂਟ ਤੁਸੀਂ 6 ਮਹੀਨੇ ਚ ਕਰਨੀ ਹੈ ਲੇਕਿਨ ਜੇ ਤੁਸੀਂ ਬਾਈ ਮੋਰ ਸੇਮ ਮੋਰ ਈਵੈਂਟ ਚ ਐਡੀਸ਼ਨਲ ਡਿਸਕਾਊਂਟ ਲੈਣਾ ਚਾਹੁੰਦੇ ਤੇ ਫਿਰ ਤੁਸੀਂ ਜ਼ਰੂਰ ਵਿਜ਼ਿਟ ਕਰਨਾ ਇਸ ਵੀਕਐਂਡ ਤੇ ਬ੍ਰੈਮਟਨ ਟੀਵੀ ਐਂਡ ਅਪਲਾਈਂਸਸ ਤੇ ਜਿੱਥੇ ਤੁਹਾਨੂੰ ਵਰਲਪੂਲ ਮੇਟੈਗ ਜੀਈ ਐਲੈਕਟ੍ਰੋਲਕਸ ਸੈਮਸੰਗ ਕਿਚਨ ਇਹ ਜਨਰੇਰ ਦੇ ਪ੍ਰੀਮੀਅਮ ਬ੍ਰਾਂਡਸ ਮਿਲਣਗੇ ਔਰ ਇਹਦੇ ਚ ਬਿਲਟ ਇਨ ਅਪਲਾਈਐਂਸਸ ਜਿਹੜਾ ਕਸਟਮਰ ਨੇ ਲੈਣਾ ਜੀ ਉਹਨਾਂ ਨੇ ਹੋਰ ਐਡੀਸ਼ਨਲ ਡਿਸਕਾਊਂਟ ਉਹਨਾਂ ਨੂੰ ਇਸ ਤਰ੍ਹਾਂ ਮਿਲਣਾ ਜੀ ਕਿਉਂਕਿ ਬਾਏ ਮੋਰ ਸੇਵ ਮੋਰ ਇਵੈਂਟ ਚ ਬਿਲਟ ਇਨ ਕੁੱਕ ਟਾਪ ਇੱਕ ਪੀਸ ਹੋ ਜਾਂਦਾ ਬਿਲਟ ਇਨ ਵਾਲ oven ਦੂਸਰਾ ਪੀਸ ਹੈ ਬਿਲਟ ਇਨ ਡਿਸ਼ਵਾਸ਼ਰ ਤੀਸਰਾ ਪੀਸ ਹੈ ਬਿਲਟ ਇਨ ਡਿਸ਼ਵਾਸ਼ਰ ਜਿਹੜੀ ਚੌਥਾ ਪੀਸ ਹੈ ਬਿਲਟ ਇਨ ਫ੍ਰਿਜ ਕਾਊਂਟਰ ਟਾਪ ਫ੍ਰਿਜ ਹੈ ਜਿਹੜਾ ਉਹ ਪੰਜਵਾਂ ਪੀਸ ਹੈ ਸੋ ਕੁੱਕ ਟਾਪ ਵਾਲਵਨ microwaves dish washer ਤੇ fridge ਜਦੋਂ ਤੁਸੀਂ ਇਹ ਪੰਜ ਪੀਸ ਲੈਂਦੇ ਹੋ ਜੀ ਤੁਹਾਨੂੰ ਐਡੀਸ਼ਨਲ 500 ਡਾਲਰ ਡਿਸਕਾਊਂਟ ਮਿਲੇਗਾ ਸੋ ਉਸ ਐਡੀਸ਼ਨਲ ਡਿਸਕਾਊਂਟ ਨੂੰ ਐਡ ਆਨ ਕਰੀਏ ਜੇ ਤੇ 11000 ਡਾਲਰ ਵਾਲਾ ਪੈਕੇਜ ਜਿਹੜਾ ਉਹ ਰਹਿ ਜਾਂਦਾ ਜੀ ਪਹਿਲੇ 25% ਡਿਸਕਾਊਂਟ ਕਰੋ ਬਲਕਿ 30% ਡਿਸਕਾਊਂਟ ਹੋ ਜਾਂਦਾ ਉਹ ਰਹਿ ਜਾਂਦਾ ਜੀ 7000 400 ڈالر ਚ ਫਿਰ ਤੁਸੀਂ ਪੰਜ ਪੀਸ ਹੋਣ ਕਰਕੇ ਐਡੀਸ਼ਨਲ 500 ڈالر ਡਿਸਕਾਊਂਟ ਕਰੋਗੇ ਤੇ ਸਿਰਫ 6900 ڈالر ਰਹਿ ਜਾਏਗਾ ਸੋ ਪੂਰੇ ਦਾ ਪੂਰਾ ਬਿਲਟ-ਇਨ ਕਿਚਨ 6900 ڈالر ਚ ਇਸ ਵੀਕਐਂਡ ਤੇ ਤੁਸੀਂ ਬ੍ਰਮਟਨ ਟੀਵੀ ਐਂਡ ਅਪਲਾਈਐਂਸਸ ਤੇ ਰਿਜ਼ਰਵ ਕਰ ਸਕਦੇ ਹੋ 10% ਡਿਪੋਜ਼ਿਟ ਦੇ ਕੇ ਡੀ ਲੌਕ ਕਰ ਸਕਦੇ ਡਿਲੀਵਰੀ ਡੇਟ ਮੇ ਜੂਨ ਜੁਲਾਈ ਕੋਈ ਵੀ ਰੱਖੀ ਜਾ ਸਕਦੀ ਹੈ 9054502828 ਸਾਡਾ ਨੰਬਰ ਹੈ ਜੀ ਔਰ ਅੰਡਰ ਵਨ ਰੂਫ ਹੀ ਤੁਹਾਨੂੰ ਹੋਮ ਅਪਲਾਈਐਂਸਸ ਇਲੈਕਟ੍ਰੋਨਿਕਸ ਔਰ ਸਾਡੀਆਂ ਲਾਂਡਰੀ ਸੈਕਸ਼ਨਸ ਮਿਲਦਾ ਹੈ 905 450 2822 ਜੀ ਤੁਸੀਂ ਜਿਵੇਂ ਗੱਲ ਕੀਤੀ ਕਿ ਪ੍ਰਾਈਮ ਏਸ਼ੀਆ ਟੀਵੀ ਦੇ ਈਵਰ ਜਿਹੜੇ ਆ ਪਰਿਵਾਰ ਵੱਡਾ ਆਪਣਾ ਤੇ ਦੂਰ ਦੂਰ ਤੱਕ ਫੈਲਿਆ ਤੇ ਤੁਸੀਂ ਉੱਥੇ ਤੱਕ ਉਹਨਾਂ ਨੂੰ ਡੀਲਾ ਦੇ ਦਿੰਦੇ ਹੋ ਪਰ ਕਿਉਂਕਿ ਜੇ ਪਰਿਵਾਰ ਦੇ ਵਿੱਚ ਹੋਏ ਤੇ ਥੋੜਾ ਬਹੁਤ ਆਪਣੇ ਇਦਾਂ ਚੱਲਦਾ ਵਿੱਚ ਝੁੰਗਾ ਵੀ ਚੱਲਦਾ ਥੋੜਾ ਬਹੁਤ ਨਾਲ ਚੱਲਦਾ ਤੇ ਪ੍ਰਾਈਮ ਏਸ਼ੀਆ ਟੀਵੀ ਦਾ ਕੋਈ ਆ ਕੇ ਮਹਿਮਾਨ ਕੋਈ ਪਰਿਵਾਰ ਦਾ ਮੈਂਬਰ ਆ ਕੇ ਜੇ ਤੁਹਾਡੇ ਕੋਲ ਆ ਕੇ ਕਹੇ ਕਿ ਮੈਂ ਪ੍ਰਾਈਮੇਰੀ ਸ਼ਾਟੀ ਵੀ ਵੇਖ ਕੇ ਆਇਆ ਤਾਂ ਉਹਦੇ ਵਾਸਤੇ ਕੁਝ ਖਾਸ ਤੋਹਫਾ ਵੀ ਰੱਖਿਆ ਹੈ ਬਿਲਕੁਲ ਜੀ ਅਸੀਂ ਪ੍ਰੀਵੀਅਸਲੀ ਵੀ ਹਮੇਸ਼ਾ ਇਹਨੂੰ ਫੋਲੋ ਕੀਤਾ ਔਰ ਅੱਜ ਵੀ ਅਸੀਂ ਕਹਿੰਨੇ ਆ ਕਿ ਜੇ ਕੋਈ ਕਸਟਮਰ ਹੋਮ ਅਪਲਾਈਐਂਸਸ ਲੈਣਗੇ ਉਹਨਾਂ ਨੂੰ ਅਸੀਂ ਮਾਈਕ੍ਰੋਵੇਵ 200 ਡਾਲਰ ਦੀ ਵੈਲਿਊ ਦਾ ਗਿਫਟ ਫ੍ਰੀ ਕਰ ਸਕਦੇ ਹਾਂ ਜੀ ਇਹ ਉਹਨਾਂ ਦੀ ਚੁਆਇਸ ਹੈਗੀ ਕਸਟਮਰ ਦੀ ਇੱਕ ਟੋਸਟਰ ਓਵਨ ਹੁੰਦਾ ਜੀ ਉਹ ਉਹਨਾਂ ਨੂੰ ਫ੍ਰੀ ਕਰਾਂਗੇ ਸੋ ਅਪਲਾਈਐਂਸਸ ਖਰੀਦਣ ਵਾਲੇ ਕਸਟਮਰਸ ਨੂੰ ਅਸੀਂ ਅਪਲਾਈਐਂਸਸ ਦੇ ਮਤਲਕ ਕਿਚਨ ਦੇ ਮਤਲਕ ਜਿਹੜਾ ਉਹ ਗਿਫਟ ਦਵਾਂਗੇ ਟੀਵੀ ਖਰੀਦਣ ਵਾਲਿਆਂ ਨੂੰ ਟੀਵੀ ਦਾ ਗਿਫਟ ਦਵਾਂਗੇ ਸੋ ਜਿਹੜੇ ਵੀ ਪ੍ਰਾਈਮੇਸ਼ੀਆ ਟੀਵੀ ਦੇਖ ਕੇ ਆਉਂਦੇ ਕਸਟਮਰ ਪਹਿਲੇ ਵੀ ਉਹਨਾਂ ਨੂੰ ਹਮੇਸ਼ਾ ਅਸੀਂ ਸੈਟੀਸਫਾਈਡ ਵੀ ਕਰਦੇ ਹਾਂ ਜੀ ਖੁਸ਼ ਵੀ ਕਰਦੇ ਹਾਂ ਸੇਵਿੰਗ ਵੀ ਕਰਾਉਂਦੇ ਉਹਨਾਂ ਦੀ ਡਿਲੀਵਰੀ ਵੀ ਫ੍ਰੀ ਕਰਦੇ ਔਰ ਗਿਫਟ ਜਿਹੜਾ ਉਹ ਹਮੇਸ਼ਾ ਅਸੀਂ ਜਿਹੜਾ ਉਹ ਦਿਨੇ ਪ੍ਰਾਈਮੇਸ਼ੀਅਨ ਦੇ ਵੀ ਹੋ ਸਕਦਾ ਹੈ ਜੀ ਤੁਸੀਂ ਕਹਿ ਸਕਦਾ ਜੀਟੀਏ ਤੋਂ ਥੋੜਾ ਦੂਰ ਹੋ ਜੇ ਤੁਸੀਂ ਆਉਣਾ ਵੀ ਹੈ ਤੇ ਉਹ ਤੋ ਫਾ ਮਿਲ ਜਾਣਾ ਜੰਨੇ ਦਾ ਇਸ ਕਰਕੇ ਬੇਫਿਕਰ ਹੋ ਕੇ ਆਜੋ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਸ ਤੇ ਤੇ ਜਿਹੜੀਆਂ ਡੀਲਾਂ ਚੱਲ ਰਹੀਆਂ ਉਹਦਾ ਫਾਇਦਾ ਤੁਸੀਂ ਚੁੱਕ ਸਕਦੇ ਹੋ ਇੱਕ ਹੁਣ ਆਪਾਂ ਸੈਕਸ਼ਨਾਂ ਵੱਲ ਵਧੀਏ ਸਾਰੇ ਸਟੋਰ ਦਾ ਘੇੜਾ ਲਵਾਈ ਹੈ ਆਪਣੇ ਦਰਸ਼ਕਾਂ ਨੂੰ ਬਿਲਕੁਲ ਜੀ ਤੁਸੀਂ ਹੁਣ ਦੱਸਿਓ ਤਜਰਬਾ ਕਿਵੇਂ ਦਾ ਰਿਹਾ ਹੁਣ ਤੱਕ ਦਾ ਤੁਹਾਡਾ ਪ੍ਰਾਈਮ ਏਸ਼ੀਆ ਟੀਵੀ ਦੇ ਨਾਲ ਆਪਾਂ ਪਹਿਲਾਂ ਵੀ ਸ਼ੇਅਰ ਕੀਤੇ ਆ ਤਜਰਬੇ ਨਿਤ ਨਵੇਂ ਹੁੰਦੇ ਆ ਬਿਲਕੁਲ ਜੀ ਆਲਵੇਸ ਨਵੇਂ ਤਜਰਬੇ ਵੀ ਹੁੰਦੇ ਨਵੇਂ ਸਾਡੇ ਕਸਟਮਰਸ ਵੀ ਜੋੜਦੇ ਆ ਰੈਫਰੈਂਸ ਵੀ ਹੁੰਦੇ ਆ ਮੈਨੂੰ ਈਵਨ ਪਿਛਲੇ ਦਿਨਾਂ ਵੀ ਇੱਕ ਫੈਮਿਲੀ ਆਈ ਸੀ ਉਹ ਕਹਿੰਦੇ ਭਾਜੀ ਅਸੀਂ ਸਮਾਨ ਤਾਂ ਤੁਹਾਡੇ ਕੋਲ ਬੜੇ ਪੁਰਾਣੇ ਲੈਣੇ ਆ ਲੇਕਿਨ ਅੱਜ ਅਸੀਂ ਪ੍ਰਾਈਮ ਏਸ਼ੀਆ ਟੀਵੀ ਦੇਖ ਕੇ ਆਏ ਆ ਤੇ ਸਾਨੂੰ ਪ੍ਰਾਈਮ ਏਸ਼ੀਆ ਦਾ ਗਿਫਟ ਜਿਹੜਾ ਉਹ ਸੈਪਰੇਟ ਦੇਣਾ ਤੇ ਮੈਂ ਉਹਨਾਂ ਨੂੰ ਕਿਹਾ ਬਿਲਕੁਲ ਜੀ ਤੁਹਾਡਾ ਗਿਫਟ ਜਿਹੜਾ ਸ ਨਾ ਦੋਸਤੋ ਬਾਅਦ ਅਸੀਂ ਤੁਹਾਨੂੰ ਸਾਰੇ ਸਟੋਰ ਦਾ ਕੀੜਾ ਲਾਉਣੀ ਹੈ ਕਿ ਕਿਹੜੇ-ਕਿਹੜੇ ਸੈਕਸ਼ਨ ਦੇ ਵਿੱਚ ਕੀ-ਕੀ ਪਿਆ ਹੈ ਉਹਦੇ ਉੱਤੇ ਕੀ-ਕੀ ਡਿਸਕਾਊਂਟ ਹੈ ਪਰ ਉਹਦੇ ਵਾਸਤੇ ਪਹਿਲਾਂ ਸਾਨੂੰ ਰੁਕਣਾ ਪਏਗਾ ਇੱਕ ਬ੍ਰੇਕ ਵਾਸਤੇ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਪ੍ਰਾਈਮ ਟਾਕ ਦੇ ਵਿੱਚ ਆਪ ਸਭ ਦਾ ਸਵਾਗਤ ਮੇਰੇ ਨਾਲ ਨੇ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਸ ਤੋਂ ਸੁਲਤਾਨ ਜੀ ਤੇ ਅਸੀਂ ਡੀਲਾਂ ਦੀ ਗੱਲ ਕਰ ਰਹੇ ਹਾਂ ਜੋ ਅੱਜ ਕੱਲ ਚੱਲ ਰਹੀਆਂ ਨੇ మే ట్యాగ్ ਜਿਹੜਾ ਮੇਜ਼ ਮੇ ਟੈਗ ਮੰਥ ਉਹਦੇ ਬਾਰੇ ਗੱਲ ਕੀਤੀ ਉਸ ਤੋਂ ਇਲਾਵਾ ਜਿਹੜੇ ਬਾਕੀ ਡੀਲ ਚੱਲ ਰਹੀਆਂ ਉਹਦੇ ਬਾਰੇ ਗੱਲ ਕੀਤੀ ਹੁਣ ਅਸੀਂ ਥੋੜਾ ਅੰਦਰ ਸਟੋਰ ਵੱਲ ਨੂੰ ਵਧਦੇ ਹਾਂ ਜੀ ਮੜਾ ਜੀ ਟੀਵੀ ਸੈਕਸ਼ਨ ਵੱਲ ਲੈ ਕੇ ਚੱਲੇ ਹਾਂ ਕਿਹੜੇ ਕਿਹੜੇ ਟੀਵੀ ਪਏ ਨੇ ਆਪਣੇ ਕੋਲ ਕਿੰਨੇ ਕਿੰਨੇ ਇੰਚ ਤੇ ਤੇ ਕੀ ਕੀ ਡਿਸਕਾਊਂਟ ਚੱਲ ਰਿਹਾ ਜੀ ਟੀਵੀ ਜਿਹੜੇ ਜੀ ਬ੍ਰਾਂਡ ਜੇ ਗੱਲ ਕਰੀਏ ਤੇ ਸੋਨੀ ਸੈਮਸੰਗ ਪੈਨਸੋਨਿਕ ਤਿੰਨ ਬ੍ਰਾਂਡ ਅਸੀਂ ਕੈਰੀ ਕਰਦੇ ਹਾਂ ਜੀ ਸਾਈਜ਼ ਦੀ ਗੱਲ ਕਰੀਏ ਤੇ 32 ਇੰਚ ਤੋਂ ਲੈ ਕੇ 82 ਇੰਚ ਤੱਕ 올 ਸਾਈਜ਼ ਆਫ ਟੀਵੀ ਮਿਲਦੇ ਆ ਜੀ ਉਹਦੇ ਚ ਕਰਵ ਸਕਰੀਨ ਟੀਵੀ ਆ ਜਾਂਦੇ ਜੀ 4K ਵਾਈਫਾਈ ਬਿਲਟ ਇਨ ਸਮਾਰਟ ਟੀਵੀ ਆ ਜਾਂਦੇ ਜੀ ਔਰ ਉਹਦੇ ਚ ਲੇਟੈਸਟ ਜਿਹੜੀ ਅਪਡੇਟਡ ਟੈਕਨੋਲੋਜੀ ਹੈ ਉਹ QLED ਆ ਜਾਂਦੀ ਹੈ QLED ਹੈ ਕੀ ਹੈ ਜੀ ਐਕਚੁਅਲੀ QLED ਕੁਆਂਟਮ ਡਾਟ ਟੈਕਨੋਲੋਜੀ ਹੈ ਜੀ 1080p ਫੁੱਲ ਹਾਈ ਡਿਫੀਨੇਸ਼ਨ ਬਣਾਉਂਦਾ ਸੀ ਫਿਰ 1080 ਪਿਕਸਲਸ ਟਾਈਮਸ 4 ਪਿਕਸਲਸ ਐਡ ਔਨ ਕੀਤੇ ਗਏ ਤੇ 4K ਬਣਿਆ ਜਿਹਨੂੰ UHD ਦਾ ਨਾਮ ਦਿੱਤਾ ਗਿਆ ਅਲਟਰਾ ਹਾਈ ਡਿਫੀਨੇਸ਼ਨ ਫਿਰ ਵੀ ਜਦੋਂ ਪਿਕਚਰ ਵੱਡੀ ਹੁੰਦੀ ਸੀ ਬਿਗ ਸਕਰੀਨ ਟੀਵੀ ਦੇ ਉੱਪਰ ਪਿਕਸਲਸ ਫੈਲ ਜਾਂਦੇ ਆ ਤੁਹਾਨੂੰ ਫਜ਼ੀ ਪਿਕਚਰ ਦਿਖਦੀ ਹੈ ਕੁਆਂਟਮ ਡਾਟਸ ਰੀਫਿਲ ਦ ਐਮਪਟੀ ਸਪੇਸ ਬੀਟਵੀਨ ਦ ਪਿਕਸਲਸ ਟੂ ਗਿਵ ਯੂ ਮੋਰ ਡੀਟੇਲ ਆਫ ਦ ਪਿਕਚਰ ਸੋ ਕੁਆਂਟਮ ਡਾਟ ਜਿਹੜੀ ਕਯੂ ਐਲਈਡੀ ਹੈ ਇਹ ਲੇਟੈਸਟ ਅਪਡੇਟਡ ਟੈਕਨੋਲੋਜੀ ਹੈ ਔਰ ਕਯੂ ਐਲਈਡੀ ਟੀਵੀ ਜਿਹੜਾ ਜੀ ਉਹ ਇਸ ਟਾਈਮ ਸਾਡੇ ਕੋਲ ਐਡੀਸ਼ਨਲ ਡਿਸਕਾਊਂਟ ਤੇ 2019 ਦੇ ਨਵੇਂ ਮਾਡਲ ਆਏ ਜਿਹੜਾ ਲਾਸਟ ਈਅਰ QLED ਸੀਗਾ ਜੀ ਉਹ ਕੁਆਂਟਮ ਪ੍ਰੋਸੈਸਰ ਦੇ ਨਾਲ ਨਹੀਂ ਸੀ ਇਸ ਸਾਲ ਇਹਨਾਂ ਨੇ ਜਿਹੜਾ ਕੁਆਂਟਮ ਪ੍ਰੋਸੈਸਰ ਲਗਾਇਆ ਹੈ ਉਹਦੇ ਵਿੱਚ 더 ਮੋਰ ਡੀਪੈਸਟ ਕਲਰਸ ਆਏ ਹੈ ਜੀ ਤੇ ਮੋਰ ਬ੍ਰਾਈਟ ਪਿਕਚਰ ਕੁਆਲਿਟੀ ਹੈ ਸੋ ਹੁਣ ਤੁਹਾਨੂੰ ਜ਼ਿਆਦਾ ਕਲੈਰਿਟੀ ਆਫ ਦ ਪਿਕਚਰ ਮਿਲ ਰਹੀ ਹੈ ਔਰ ਉਹਦੇ ਚ ਬੈਸਟ ਕਲਰਸ ਇਸ ਟਾਈਮ ਜਿਹੜੇ ਆ ਲਾਂਚ ਕੀਤੇ ਗਏ ਸੋ 2019 ਦੀ ਜੇ ਗੱਲ ਕਰੀਏ ਤੇ 2019 ਦੇ ਐਸ ਸੈਮਸੰਗ ਦੇ ਅਸੀਂ ਡੀਲਰ ਸ਼ੋ ਤੇ ਹੋ ਕੇ ਆਏ ਆ ਜੀ ਇਹਦੇ ਵਿੱਚ ਕਯੂ LED 65 ਇੰਚ ਜਿਹੜਾ 3000 ਡਾਲਰ ਵਾਲਾ ਉਹ ਅਸੀਂ 1999 ਦਾ ਦਵਾਂਗੇ ਜਿਹੜਾ QLED ਸਾਡੇ ਕੋਲ 75 ਇੰਚ ਵਾਲਾ ਜੀ 4500 ਡਾਲਰ ਵਾਲਾ ਅਸੀਂ 2999 ਦਾ ਦਵਾਂਗੇ ਤੇ ਜਿਹੜਾ QLED 82 ਇੰਚ ਹੈ ਜੀ ਉਹ 6000 ਡਾਲਰ ਵਾਲਾ 4499 ਇੰਚ ਮਿਲੇਗਾ ਸੋ ਬਿਗ ਸੇਵਿੰਗਸ ਹੈਗੀ ਮੋਰ ਦਨ 300 ਤੋਂ ਲਾ ਕੇ 700 ਡਾਲਰਸ ਤੱਕ ਦੀ ਸੇਵਿੰਗ ਕਸਟਮਰ ਕਰ ਸਕਦੇ ਪਰ ਜੇ 82 ਇੰਚ ਟੀਵੀ ਤੇ ਜਾਂਦੇ ਤੇ ਕੱਲੇ ਟੀਵੀ ਤੇ ਹੀ 1500 ਡਾਲਰ ਦੀ ਸੇਵਿੰਗ ਹੈ ਕਿਉਂਕਿ 6000 ਡਾਲਰ ਤੋਂ 4499 ਦਾ ਮਿਲ ਰਿਹਾ ਤੇ ਜੇ ਟੈਕਨੋਲੋਜੀ ਨੂੰ ਅੱਗੇ ਲੈ ਕੇ ਚੱਲੀਏ ਜੀ ਤੇ ਹੁਣ 4K QLED ਦੇ ਕੰਬੀਨੇਸ਼ਨ ਜਿਹੜਾ ਉਹਦਾ ਚ ਉਹਨਾਂ ਨੇ ਲਾਂਚ ਕੀਤਾ ਜੀ ਨਵਾਂ ਜਿਹੜਾ ਦਿਸ ਇਜ਼ ਕਾਲਡ 8K अच्छा जी so, च, 4K ਤੋਂ ਸਿੱਧਾ ਹੁਣ 8K 4K ਤੋਂ ਹੈ 8K ਆ ਗਿਆ ਜੀ 8K ਹੁਣ ਉਹੀ ਗੱਲ ਆ ਜਾਂਦੀ ਜਿਸ ਤਰ੍ਹਾਂ ਪਹਿਲੇ ਤੁਸੀਂ ਪੁੱਛਿਆ ਕਿ 4K ਔਰ 8K ਚ 4K ਔਰ QLED ਚ ਫਰਕ ਕੀ ਹੈ ਸੋ 4K ਜਿਹੜਾ ਜੀ ਜਦੋਂ ਇਹ ਅਸੀਂ 1080 ਪਿਕਸਲਸ ਦੀ ਗੱਲ ਕਰਦੇ ਹਾਂ টাইমস 4 ਤੇ 6 ਮਿਲੀਅਨ ਪਿਕਸਲਸ ਜਿਹੜੇ ਹੈ ਈਚ ਫਰੇਮ ਪਿਆਰ ਕੀਤੇ ਜਾਂਦੇ ਸੋ 6 ਮਿਲੀਅਨ ਪਿਕਸਲਸ ਜਿਹੜੇ ਆ ਉਹ ਜੁੜ ਕੇ ਤੁਹਾਨੂੰ ਈਚ ਫਰੇਮ ਚ ਤੇ ਤੁਹਾਡੇ ਲਈ 4K ਟੀਵੀ ਬਣਾਉਂਦਾ ਲੇਕਿਨ ਇੱਥੇ ਦੇ ਦੇ ਦੋ 8K ਤੇ ਜਾਣੇ 6 ਮਿਲੀਅਨ ਵਰਸਸ 33 ਮਿਲੀਅਨ ਪਿਕਸਲਸ ਇਨ ਸੇਮ ਫਰੇਮ ਜੀ ਸੋ ਕਿੱਥੇ 6 ਮਿਲੀਅਨ ਪਿਕਸਲਸ ਇੱਕ ਫਰੇਮ ਚ ਤੇ ਕਿੱਥੇ 33 ਮਿਲੀਅਨ ਪਿਕਸਲਸ ਸੇਮ ਫਰੇਮ ਚ ਪਾ ਕੇ 8 ਫਰੇਮ 8K ਟੀਵੀ ਜਿਹੜਾ ਉਹ ਲਾਂਚ ਕੀਤਾ ਗਿਆ ਇਹਦੇ ਚ ਵੀ ਚਾਰ ਸਾਈਜ਼ ਹੈ ਜੀ ਜੀ ਇੱਕ ਤਾਂ 65 ਇੰਚ ਹੈ 75 ਇੰਚ ਹੈ 82 ਇੰਚ ਹੈ ਤੇ 98 ਇੰਚ ਤੇ ਇਹ ਜਰਾ ਕੀਮਤ ਵੀ ਮਾੜੀ ਜਿਹੀ ਸਾਂਝੀ ਕਰ ਦਿਓ ਸਾਡੇ ਨਾਲ ਕੀਮਤ ਕਿੰਨੀ ਹੈ ਕਿਉਂਕਿ ਜਦੋਂ ਨਵੀਂ ਟੈਕਨੋਲੋਜੀ ਆਉਂਦੀ ਹੈ ਕੀਮਤਾਂ ਵੀ ਅਸਮਾਨੀ ਹੁੰਦੀਆਂ ਨੇ ਬਿਲਕੁਲ ਜੀ ਇਹਦੇ ਚ ਜਿਹੜਾ 65 ਇੰਚ ਹੈ ਜੀ ਉਹ 7000 ਡਾਲਰ ਦਾ ਅੱਛਾ ਜੀ ਜਿਹੜਾ 75 ਇੰਚ ਹੈ ਜੀ ਉਹ 10000 ਡਾਲਰ ਦਾ ਅੱਛਾ ਜੀ ਤੇ ਜਿਹੜਾ 82 ਇੰਚ ਹੈ ਉਹ 13000 ਡਾਲਰ ਦਾ ਤੇ ਉੱਪਰ ਵੀ ਆ ਜਾਓ ਲਾਸਟ ਵਾਲਾ ਵੀ ਦੱਸ ਦਿਓ ਉਹ ਕਿੰਨੇ ਦਾ ਹੈ ਜੀ ਜਰਾ ਲਾਸਟ ਜਿਹੜਾ ਜੀ ਉਹ 98 ਇੰਚ ਹੈ ਤੇ ਉਹ 120000 ਡਾਲਰ ਦਾ 120000 ਡਾਲਰ ਦਾ ਟੀਵੀ ਜੀ ਇਹ ਲਖੀਦਾ ਕੌਣ ਹੈ ਜੀ ਇਹ ਵੈਸੇ 98 ਤਾਂ ਨਹੀਂ ਲੇਕਿਨ 82 ਇੰਚ ਜਿਹੜੇ ਹੈ ਇਹ 8K ਟੀਵੀ ਵੇਚਨ ਵਾਲਾ ਅਸੀਂ 92 ਇੰਡੀਪੈਂਡੈਂਟ ਡੀਲਰ ਹਾਂ ਜੀ ਇਨ ਹੋਲ ਅਨਟੇਰੀਓ ਜਿਹਦੇ ਚ ਬ੍ਰੈਮਟਨ ਟੀਵੀ ਐਂਡ ਅਪਲੈਂਸਸ ਪਹਿਲਾ ਡੀਲਰ ਹੈ ਜਿਨੇ 8K ਟੀਵੀ 82 ਇੰਚ ਚ 13-13 ਹਜ਼ਾਰ ਡਾਲਰ ਦੇ ਦੋ ਆਲਰੇਡੀ ਵੇਚਦੇ ਉਤੇ ਕੀ ਬਾਤ ਹੈ ਜੀ ਤੇ ਆਪਣੇ ਖਾਸ ਕਰਕੇ ਜਿਹੜੇ ਭਾਰਤ ਵਿੱਚ ਬੈਠੇ ਨੇ ਜਾਂ ਜਿਹੜੇ ਨਵੇਂ-ਨਵੇਂ ਕੈਨੇਡਾ ਆਏ ਨੇ ਜਿਨ੍ਹਾਂ ਦਾ ਅਜੇ ਤੱਕ ਹਿਸਾਬ ਕਾ ਉਹ ਇਦਾਂ ਚੱਲਦਾ ਹੈ ਕਿ 1 ਡਾਲਰ ਨੂੰ ਚਾਟ ਹੀ ਮਲਟੀਪਲਾਈ ਕਰਨ ਲੱਗ ਜਾਂਦੇ ਆ ਕਿ ਭਾਰਤੀ ਰੁਪਈਆ ਦੇ ਵਿੱਚ ਤੇ ਤੁਸੀਂ ਆਪੇ ਹਿਸਾਬ ਲਾ ਲਿਓ 1,20,000 ਡਾਲਰ ਨੂੰ ਕਨਵਰਟ ਕਰ ਲਓ ਜੀ ਰੁਪਈਆ ਚ ਕਿੰਨਾ ਕ ਬਣਦਾ ਤੇ ਮੈਨੂੰ ਲੱਗਦਾ ਉਹਦੇ ਹੌਸਲਾ ਛੱਡ ਜਾਣੇ ਅੱਧੇ ਜਾਣੇ ਤੋਂ ਦੇ 60 70 ਲੱਖ ਦਾ ਟੀਵੀ ਬਣ ਜਾਂਦਾ ਜੀ ਨਹੀਂ ਜੀ ਉਹ ਗੱਲ ਚਲੋ ਠੀਕ ਹੈ ਨਵੇਂ-ਨਵੇਂ ਵਾਲੇ ਤੁਸੀਂ ਲਫ਼ਜ਼ ਯੂਜ਼ ਕੀਤਾ ਇਸ ਕਰਕੇ ਆ ਪਰ ਕਹਿੰਦੇ ਹੁੰਦੇ ਨਾ ਜੀ ਹੁਣ ਅੱਗੇ ਤਾਂ ਫਿਰ ਬਿਲਟ ਕਰਨਾ ਹੁੰਦਾ ਫਿਊਚਰ ਤੇ ਜਿਹੜੇ ਐਸੇ ਕਸਟਮਰ ਆ ਜੀ ਜਿਹੜੇ ਕਸਟਮਰ ਚਾਹੁੰਦੇ ਅਸੀਂ ਐਕਸਕਲੂਸਿਵ ਚੀਜ਼ ਰੱਖਣੀ ਹੈ ਬਹੁਤ ਸਾਰੇ ਸਾਡੇ ਐਸੇ ਪੈਨਪਰਾ ਹੈ ਬਹੁਤ ਸਾਰੀਆਂ ਐਸੀਆਂ ਫੈਮਿਲੀਜ਼ ਹੈ ਜਿਨ੍ਹਾਂ ਨੇ ਜਿਹੜੇ ਸਟੈਬਲਿਸ਼ਡ ਹੋ ਚੁੱਕੇ ਆ ਉਹ ਚਾਹੁੰਦੇ ਆ ਕਿ ਜੀ ਹੁਣ ਅਸੀਂ ਐ एक्सक्लूसिव ਚ ਕੀ ਹੈ ਜੀ ਜਿਸ ਤਰ੍ਹਾਂ ਮੈਂ ਪਹਿਲੇ ਕਿਹਾ 92 ਇੰਡੀਪੈਂਡੈਂਟ ਡੀਲਰਸ ਚੋਂ ਇੱਕ ਬ੍ਰੈਮਟਨ ਟੀਵੀ ਐਂਡ ਅਪਲਾਈਐਂਸਸ ਹੈ ਜਿਨਨੇ 82 ਇੰਚ ਦਾ 8K ਟੀਵੀ ਦੋ ਆਲਰੇਡੀ ਵੇਚ ਦਿੱਤੇ ਜਾਂ ਕਿ ਪੂਰੇ ਕੈਨੇਡਾ 'ਚ ਪੰਜ ਟੀਵੀ ਸਿਰਫ ਆਏ ਹੈ ਜੀ ਜਿਹਦੇ ਚੋ ਦੋ ਟੀਵੀ ਬ੍ਰੈਮਟਨ ਟੀਵੀ ਐਂਡ ਅਪਲਾਈਐਂਸਸ ਨੇ ਵੇਚੇ ਆ ਮੈਂ ਸਮਝਦਾ ਆਪਣੀ ਕਮਿਊਨਿਟੀ ਦੀ ਇਹ ਸਟਰੈਂਥ ਹੈਗੀ ਉਹਨਾਂ ਦਾ ਸ਼ੌਕ ਹੈਗਾ ਤੋਂ ਸ਼ੌਕ ਦਾ ਕੋਈ ਮੁੱਲ ਨਹੀਂ ਸੈਕੰਡਲੀ ਜਿਹੜਾ ਜੀ ਅਪਲਾਈਐਂਸਸ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੈ ਕਿ ਅਸੀਂ 92 ਇੰਡੀਪੈਂਡੈਂਟ ਡੀਲਰਸ ਚੋਂ ਇੱਕ ਬ੍ਰੈਮਟਨ ਟੀਵੀ ਐਂਡ ਅਪਲਾਈਐਂਸਸ ਨੂੰ ਸਿਲੈਕਟ ਕੀਤਾ ਗਿਆ ਹੈ ਕਿ ਉਹਨਾਂ ਨੇ ਸਪੈਸ਼ਲ ਇੱਕ ਐਕਸਕਲੂਸਿਵ ਕਿਚਨ ਲਗਾਇਆ ਸਾਡੇ अच्छा आ, डिस्प्ले ਤੇ ਜਿਹੜੇ ਵੀ ਕਸਟਮਰ ਆਉਣ ਉਹ ਐਕਸਕਲੂਸਿਵ ਕਿਚਨ ਜ਼ਰੂਰ ਦੇਖਣ ਡਿਸਪਲੇ ਤੇ ਉਹਦੇ ਚ ਮੈਟ ਵਾਈਟ ਤੇ ਮੈਟ ਬਲੈਕ ਦੋ ਕਲਰ ਉਹਨਾਂ ਨੇ ਕੱਢੇ ਆ ਔਰ ਮੈਂ ਰეკਮੈਂਡ ਕਰਦਾ ਅਗਰ ਤੁਹਾਡੇ ਕੋਲ ਕਿਚਨ ਕੈਬਿਨੇਟਸ ਜਿਹੜੀਆਂ ਆਲਰੇਡੀ ਵਾਈਟ ਬਲੈਕ ਗ੍ਰੇ ਯਾ ਗ੍ਰੀਨ ਇਹ ਚਾਰ ਕਲਰਸ ਚੋਂ ਤੁਸੀਂ ਕੋਈ ਆਲਰੇਡੀ ਇਹ ਕਲਰ ਸਿਲੈਕਟ ਕਰ ਚੁੱਕੇ ਹੋ ਚਾਰਾਂ ਚੋਂ ਜਿੱਦਾਂ ਡੈਕੋਰ ਸੈਂਟਰ ਜਾਂਦੇ ਜਦੋਂ ਬਿਲਡਰਸ ਦੇ ਕੋਲ ਉੱਥੇ ਸਿਲੈਕਟ ਕਰਦੇ ਜਾਂ ਤੁਸੀਂ ਕਿਚਨ ਰੈਨੂਏਟ ਕਰਨਾ ਹੈ ਹੁਣ ਤੇ ਹੁਣ ਇਹਨਾਂ ਚਾਰਾਂ ਚੋਂ ਕੋਈ ਇੱਕ ਕਲਰ ਵਾਈਟ ਗ੍ਰੇ ਬਲੈਕ ਤੇ ਗ੍ਰੀਨ ਅਗਰ ਇਹਨਾਂ ਕਲਰਸ ਚੋਂ ਤੁਸੀਂ ਕਿਚਨ ਕੈਬਨਟ ਸਿਲੈਕਟ ਕਰਨੀਆਂ ਫਿਰ ਸਾਡੇ ਕੋਲ ਆ ਕੇ ਜਿਹੜਾ ਐਕਸਕਲੂਸਿਵ ਕਿਚਨ ਲੱਗਾ ਹੋਇਆ ਤੁਸੀਂ 100 ਘਰ ਚ ਵੀ ਜਾਓਗੇ ਜੀ ਤੇ ਤੁਹਾਨੂੰ ਸਟੇਨਲੈਸ ਸਟੀਲ ਤੇ ਜਾਂ ਵੱਧ ਤੋਂ ਵੱਧ ਬਲੈਕ ਸਟੇਨਲੈਸ ਸਟੀਲ ਅਪਲਾਈਐਂਸਸ ਮਿਲਣਗੇ ਪਰ ਇਹ ਜਿਹੜੇ ਮੈਟ ਵਾਈਟ ਵਿਦ 골ਡ ਕਲਰ ਅੱਛਾ ਜੀ ਦੇ ਹੈਂਡਲਸ ਦੇ ਨਾਲ ਇਹ ਸਪੈਸ਼ਲ ਮਾਡਲ ਲਾਂਚ ਕੀਤਾ ਐ ਐਕਸਕਲੂਸਿਵ ਕਿਚਨ ਹੈਗਾ ਔਰ ਇਹ 12000 ਡਾਲਰ ਤੋਂ ਅਸੀਂ ਸਿਰਫ 7900 ਡਾਲਰ ਚ ਕਿਚਨ ਲੈ ਕੇ ਦੇ ਰਹੇ ਹਾਂ ਮੋਰ ਥੈਨ 25% ਦਾ ਡਿਸਕਾਊਂਟ ਹੈ ਸੋ ਅਗਰ ਕੋਈ ਕਸਟਮਰ ਚ एक्सक्लूसिव ਤੇ ਅਪਡੇਟਡ ਟੈਕਨੋਲੋਜੀ ਚਾਹੇ ਉਹਨਾਂ ਨੇ ਟੀਵੀ ਸੈਕਸ਼ਨ ਚ 4K ਟੀਵੀ ਲੈਨੇ, QLED ਲੈਨੇ ਜਾਂ QLED ਚ 8K ਟੀਵੀ ਲੈਣਾ ਤੇ ਤੁਹਾਨੂੰ ਪੂਰੇ ਕੈਨੇਡਾ ਚੋਂ ਇਸ ਵਕਤ ਸਿਰਫ ਬ੍ਰੈਮਟਨ ਟੀਵੀ ਐਂਡ ਅਪਲੈਂਸਸ ਤੇ ਇਹ ਅਪਡੇਟਡ ਤੇ ਹਾਈਰ ਐਂਡ ਮਾਡਲਸ ਮਿਲਣਗੇ ਜੇ ਤੁਸੀਂ ਐਕਸਕਲੂਸਿਵ ਕਿਚਨ ਲੈਣਾ ਜਿਹੜਾ ਪੂਰੇ 92 ਇੰਡੀਪੈਂਡੈਂਟ ਡੀਲਰਸ ਦੇ ਵਿੱਚੋਂ ਸਿਰਫ ਬ੍ਰੈਮਟਨ ਟੀਵੀ ਐਂਡ ਅਪਲੈਂਸਸ ਨੂੰ ਸਿਲੈਕਟ ਕੀਤਾ ਗਿਆ ਕਿ ਉੱਥੇ ਕਿਚਨ ਡਿਸਪਲੇ ਤੇ ਲੱਗਾ ਤੇ ਤੁਸੀਂ ਜ਼ਰੂਰ ਇਹ ਕਿਚਨ ਜਿਹੜਾ ਆ ਕੇ ਦੇਖਣਾ ਜਿਹੜੇ ਉਹ ਕਸਟਮਰ ਸ਼ੌਕੀਨ ਕਸਟਮਰ ਜਿਹੜੇ ਕਹਿੰਦੇ ਜੀ ਅਸੀਂ ਐਕਸਕਲੂਸਿਵ ਚੀਜ਼ ਰੱਖਣੀ ਹੈ ਉਹ ਜ਼ਰੂਰ ਵਿਜ਼ਿਟ ਕਰਨ ਔਰ ਇਹਨਾਂ ਚੀਜ਼ਾਂ ਨੂੰ ਦੇਖਣ ਔਰ ਫਿਰ ਸਿਲੈਕਟ ਕਰਨ ਜਿਹੜਾ ਵੀ ਉਹਨਾਂ ਦਾ ਸ਼ੌਕ ਹੋਵੇ ਸ਼ੌਕ ਪੂਰਾ ਕਰਨਾ ਚਾਹੀਦਾ ਜੀ ਕਿਚਨ ਦੀ ਗੱਲ ਕੀਤੀ ਰਸੋਈ ਦੀ ਗੱਲ ਕੀਤੀ ਤੇ ਆਪਣੀਆਂ ਸਵਾਣੀਆਂ ਜਿਹੜੀਆਂ ਨੇ ਆਪਣੀਆਂ ਬੀਬੀਆਂ ਜਿਹੜੀਆਂ ਨੇ ਉਹਨਾਂ ਦਾ ਤਾਂ ਹਮੇਸ਼ਾ ਇਹ ਇੱਕ ਸ਼ੌਕ ਰਹਿੰਦਾ ਕਿ ਉਹਨਾਂ ਦੀ ਰਸੋਈ ਜਿਹੜੀ ਹੈ ਬਾਕੀਆਂ ਨਾਲੋਂ ਬਿਹਤਰ ਨਜ਼ਰ ਆਵੇ ਜਿੱਥੇ ਉਹ ਜਾਂ ਜਿੱਥੇ ਉਹ ਕਾਫੀ ਟਾਈਮ ਗੁਜ਼ਾਰਦੀਆਂ ਇਹਨੇ ਭਾਵੇਂ ਕਿ ਕੰਮ ਵੀ ਕਰਦੀਆਂ ਨੇ ਪਰ ਉਸ ਜਗ੍ਹਾ ਤੇ ਕਾਫੀ ਟਾਈਮ ਗੁਜ਼ਾਰਦੀਆਂ ਉਸ ਨੂੰ ਹੋਰ ਜ਼ਿਆਦਾ ਸੁੰਦਰ ਬਣਾਉਣਾ ਚਾਹੁੰਦੀਆਂ ਨੇ ਤੇ ਮੈਨੂੰ ਲੱਗਦਾ ਕਿ ਬ੍ਰੈਂਪਟਨ ਟੀਵੀ ਦੇ ਅਪਲਾਈਐਂਸ ਤੁਹਾਨੂੰ ģੇੜਾ ਮਾਰਨਾ ਚਾਹੀਦਾ ਆਪਣੇ ਪਰਿਵਾਰ ਦੇ ਨਾਲ ਨਹੀਂ ਤਾਂ ਤੁਸੀਂ ਤੁਹਾਡੇ ਕੋਲ ਟਾਈਮ ਹੈ ਤੇ ਤੁਸੀਂ ਆਪ ਜਾ ਕੇ ਵੀ ਵੇਖੋ ਤੇ ਉਸ ਤੋਂ ਬਾਅਦ ਆਪਣਾ ਮਨ ਬਣਾਓ ਕਿ ਜਿਹੜੀ ਗੱਲ ਸੁਲਤਾਨ ਹੋਣਾ ਨੇ ਕੀਤੀ ਉਹਦੇ ਵਿੱਚ ਕਿੰਨੀ ਸੱਚਾਈ ਹੈ ਕਿਉਂਕਿ ਉਹ ਪਤਾ ਤਾਂ ਤੁਹਾਨੂੰ ਜਾ ਕੇ ਲੱਗਣਾ ਇੱਕ ਵਾਰੀ ਸਟੋਰ ਦਾ ģੇੜਾ ਹੋਰ ਖਰੀਦਣ ਦਾ ਮਨ ਬੰਜੇ ਤੇ ਹੋ ਸਕਦਾ ਜੇ ਤੁਹਾਡੀ ਜੇਬ ਵਿੱਚ ਥੋੜੇ ਪੈਸੇ ਵੱਧ ਨੇ ਤੇ ਜਿਹੜਾ 1 ਲੱਖ 2000 ਡਾਲਰ ਵਾਲਾ ਟੀਵੀ ਹੈ ਸ਼ਾਇਦ ਤੁਸੀਂ ਉਹਦਾ ਵੀ ਸੌਦਾ ਮਾਰਿਓ ਤੇ ਸੁਲਤਾਨ ਹੁਣ ਹੀ ਆਪਣਾ ਪਹਿਲਾ ਉਹ ਟੀਵੀ ਕੈਨੇਡਾ ਵਿੱਚ ਵੇਚ ਦੇਣ ਜੀ ਜੀ ਜੇ ਹੁਣ ਥੋੜਾ ਅੱਗੇ ਵੱਧਦੇ ਹਾਂ ਜੀ ਹੁਣ ਤੁਸੀਂ ਆਜੋ ਲਾਂਡਰੀ ਦੇ ਵਿੱਚ ਆਜੋ ਲਾਂਡਰੀ ਵਿੱਚ ਕੀ ਕੀ ਹੈ ਆਪਣੇ ਕੋਲ ਲਾਂਡਰੀ ਵਿੱਚ ਵੀ ਜੀ ਸਾਡੇ ਕੋਲ ਵਰਲਪੂਲ, ਮੇਟੈਗ, ਜੀਈ ਇਲੈਕਟ੍ਰੋਲਕਸ ਔਰ ਸੈਮਸੰਗ ਦੇ ਵਾਸ਼ਰ ਐਂਡ ਡਰਾਇਰ ਡਿਸਪਲੇ ਤੇ ਹੈ ਜੀ ਮੋਰ ਥੈਨ 27 ਪੇਅਰ ਆਫ ਵਾਸ਼ਰ ਡਰਾਇਰ ਡਿਸਪਲੇ ਤੇ ਮਿਲਣਗੇ ਇਹ ਨਹੀਂ ਹੈ ਕਿ ਤੁਸੀਂ ਇਹ ਅਗਰ ਇੱਕ ਬ੍ਰਾਂਡ ਦੇਖ ਲਿਆ ਤੇ ਉਹਦੀ ਪ੍ਰਾਈਸ ਤੁਹਾਨੂੰ ਨਹੀਂ ਪਸੰਦ ਆਈ ਤੇ ਤੁਸੀਂ ਦੂਸਰ ਸਾਡਾ ਟ੍ਰੇਨਡ ਸਟਾਫ ਤੁਹਾਡੀ ਹੈਲਪ ਕਰੇਗਾ ਸਿਲੈਕਟ ਕਰਨ ਚ ਕਿਹੜੇ ਮਾਡਲਸ ਕਿਹੜੇ ਫੀਚਰਸ ਦੇ ਨਾਲ ਕਿਹੜੇ ਪ੍ਰਾਈਸ ਬਜਟ ਚ ਤੁਸੀਂ ਦੇਖ ਰਹੇ ਹੋ ਉਸੇ ਹੀ ਪ੍ਰਾਈਸ ਬਜਟ ਚ ਤੁਹਾਨੂੰ ਉਹਨਾਂ ਫੀਚਰਸ ਦੇ ਨਾਲ ਲਾਂਡਰੀ ਜਿਹੜੀ ਸਿਲੈਕਟ ਕਰਾਈ ਜਾਏਗੀ ਤਿੰਨ ਚਾਰ ਕੰਪਨੀਆਂ ਜਿਹੜੀਆਂ ਡਿਫਰੈਂਟ ਕਿਸਮ ਦੇ ਮਾਡਲਸ ਉਹ ਆਫਰ ਕਰਦੇ ਆ ਜੀ ਉਹਦੇ ਚ ਇੱਕ Samsung ਦੀ ਗੱਲ ਕਰੀਏ ਤੇ ਐਡ-ਆਨ ਫੀਚਰ ਦੇ ਨਾਲ ਹੈ ਜਿੱਦਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ ਜਿਹੜਾ ਅਗਰ ਕੋਈ ਕੱਪੜੇ ਬਾਹਰ ਭੁੱਲ ਗਿਆ ਤੁਸੀਂ ਵਾਸ਼ ਸਾਈਕਲ ਸਟਾਰਟ ਕਰ ਦਿੱਤਾ ਤੇ ਤੁਸੀਂ ਉਹਨੂੰ ਪਾਜ਼ ਕਰਕੇ ਛੋਟੀ ਵਿੰਡੋ ਖੋਲੋ ਤੇ ਉਹਦੇ ਚ ਐਡ-ਆਨ ਕਰ ਸਕਦੇ ਹੋ ਜੀ ਇਸੇ ਤਰ੍ਹਾਂ MCT ਮੇਟੈਗ ਕਮਰਸ਼ੀਅਲ ਟੈਕਨੋਲੋਜੀ ਤੇ ਬਣਿਆ ਹੋਇਆ ਮੇਟੈਗ ਦਾ ਵਾਸ਼ਰ ਐਂਡ ਡਰਾਇਰ 2500 ਡਾਲਰ ਵਾਲਾ 1799 ਦਾ ਮਿਲੇਗਾ 700 ਡਾਲਰ ਤੁਸੀਂ ਇਕੱਲੇ ਇਸ ਵਾਸ਼ਰ ਐਂਡ ਡਰਾਇਰ 32 ਸੇਵ ਕਰੋਗੇ ਪਰ ਬਾਈ ਮੋਰ ਸੇਮ ਮੋਰ ਈਵੈਂਟ ਚ ਜੇ ਤੁਸੀਂ Samsung ਸਿਲੈਕਟ ਕਰ ਲੈਂਦੇ ਹੋ ਤੁਹਾਨੂੰ 2 ਪੀਸ ਖਰੀਦ ਕੇ ਐਡੀਸ਼ਨਲ 200 ਡਾਲਰ ਡਿਸਕਾਊਂਟ ਮਿਲਣਾ ਹੈ 1599 ਚ Samsung ਦਾ ਵਾਸ਼ਰ ਐਂਡ ਡਰਾਇਰ ਰਹਿ ਜਾਣਾ ਜਿਹੜਾ ਵਾਸ਼ਰ ਵੀ ਸਟੀਮ ਫੀਚਰ ਨਾਲ ਹੈ ਡਰਾਇਰ ਵੀ ਸਟੀਮ ਫੀਚਰ ਨਾਲ ਹੈ ਔਰ VRT ਦਾ ਵਾਈਬ੍ਰੇਸ਼ਨ ਕੰਟਰੋਲ ਸਿਸਟਮ ਸਪੈਸ਼ਲ ਇਹ ਟੈਕਨੋਲੋਜੀ ਅਡਾਪਟ ਕੀਤੀ ਗਈ ਹੈ ਜਿਹੜੀ ਕਿ ਸਟਰੋਂਗਲੀ ਰეკਮੈਂਡਡ ਹੈ ਜੀ ਮੇਨ ਫਲੋਰ ਤੇ ਸੈਕੰਡ ਫਲੋਰ ਲੌਂਡਰੀ ਰੂਮ ਵਾਸਤੇ ਸੋ ਜਿਨ੍ਹਾਂ ਨੇ ਸਟੈਕ ਕਰਨਾ ਹੈ ਵਾਸ਼ਰ ਡਰਾਇਰ ਸਾਈਡ ਬਾਈ ਸਾਈਡ ਰੱਖਣ ਨੂੰ ਜਗ੍ਹਾ ਨਹੀਂ ਹੈ ਉਹਨਾਂ ਨੇ ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਕਰਨਾ ਹੈ ਇਸ ਤਰ੍ਹਾਂ 27/76 ਇੰਚ ਸਪੇਸ ਚ ਵਾਸ਼ਰ ਡਰਾਇਰ ਸਟੈਕਡ ਐਂਡ ਇੰਸਟਾਲ ਹੋ ਜਾਂਦਾ ਸਿਰਫ 1299 ਚ ਐਸ ਵੀਕਐਂਡ ਤੇ ਸਪੈਸ਼ਲ ਮਿਲ ਰਿਹਾ ਸੋ ਜ਼ਰੂਰ ਵਿਜ਼ਿਟ ਕਰਨਾ ਜੀ ਤੁਸੀਂ 801 ਬੋਵੇਡ ਡਰਾਈ ਵੈਸਟ ਜਸਟ ਈਸਟ ਆਫ ਚੰਕੂਜੀ ਔਨ ਬੋਵੇਡ ਹੈ ਜਾਂ ਫਿਰ ਬ੍ਰੈਮਟਨ ਅਪਲਾਈਐਂਸਸ.com ਸਾਡੀ ਵੈਬਸਾਈਟ ਤੋਂ ਡਾਇਰੈਕਸ਼ਨ ਆਫ ਦਾ ਸਟੋਰ ਵੀ ਲੈ ਸਕਦੇ 905 4502822 ਨੰਬਰ ਹੈ ਜੀ 9054502828 ਜੀ ਬਹੁਤ ਬਹੁਤ ਧੰਨਵਾਦ ਜੀ ਸੁਲਤਾਨ ਜੀ ਜੀ ਜਾਣਕਾਰੀ ਦਿੱਤੀ ਇੰਨੀ ਵਧੀਆ ਡੀਲਾਂ ਲੈ ਕੇ ਆਏ ਤੇ ਜੇ ਤੁਸੀਂ ਮਨ ਬਣਾਇਆ ਕਿ ਤੁਸੀਂ ਕੁਝ ਨਵੀਆਂ ਚੀਜ਼ਾਂ ਖਰੀਦਣੀਆਂ ਨੇ ਘਰ ਵਾਸਤੇ ਤੇ ਸਹੀ ਵਕਤ ਲੱਗ ਰਿਹਾ ਮੈਨੂੰ ਜਿਹਦੇ ਵਿੱਚ ਕਾਫੀ ਪੈਸੇ ਕਾਫੀ ਡਾਲਰ ਬਚ ਵੀ ਸਕਦੇ ਆ ਤੁਹਾਡੇ ਤੇ ਤੁਸੀਂ ਬ੍ਰੈਂਡਨ ਟੀਵੀ ਐਂਡ ਅਪਲੈਂਸਸ ਤੇ ਗੇੜਾ ਮਾਰ ਸਕਦੇ ਹੋ ਫੋਨ ਨੰਬਰ ਉਹਨਾਂ ਦਾ ਦੇ ਦਿੱਤਾ ਸੁਲਤਾਨ ਜੀ ਨੇ ਤੁਸੀਂ ਉੱਥੇ ਕਾਲ ਕਰਕੇ ਪੁੱਛ ਵੀ ਸਕਦੇ ਹੋ ਤੇ ਜੇ ਕਿਸੇ ਚੀਜ਼ ਖਾਸ ਚੀਜ਼ ਬਾਰੇ ਤੁਸੀਂ ਪੁੱਛਣਾ ਤੇ ਉਹ ਵੀ ਤੁਸੀਂ ਕਾਲ ਕਰ ਸਕਦੇ ਹੋ ਫਿਰ ਹਾਜ਼ਰ ਹੋਵਾਂਗਾ ਕਿਸੇ ਹੋਰ ਮਹਿਮਾਨ ਦੇ ਨਾਲ ਤਦ ਤੱਕ ਲਈ ਮੈਨੂੰ ਅਵਨੀਤ ਸਿੰਘ ਤੇਜਾ ਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹੋ ਪ੍ਰਾਈਮੇਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ